ਜੋਈ ਅਡੀ ਤੇਦੀ ਨਾਲ ਕਿਉਂ ਆਇਓ ਤੁਸੀਂ ਮੈਂ ਕਹਾਂ ਜੀ ਤੋਂ ਅਸੀਂ ਬੈਠੇ ਮੈਨੂੰ ਇੰਜ ਲੱਗ ਰਿਹਾ ਸੀ ਜਿਦਾ ਪੰਜਾ ਵਾਲਾ ਠੀਪਾ ਹੁੰਦਾ ਲਓ ਜੀ ਲਓ ਜੀ ਠੀਕ ਹੈ ਜੀ ਆ ਗਈ ਇਹ ਜੁਗਤਾ ਕਰਨ ਵਾਲੀ ਜਿਹੜੀ ਹੁਣ ਸਾਨੂੰ ਜੁਗਤਾ ਕਰੇਗੀ ਮਿਸ ਬਾ ਬੜੀ ਅੱਛੀ ਆਰਟਿਸਟ ਏ ਬੜੀ ਅੱਛੀ ਡਾਂਸਰ ਏ ਉਹਨਾਂ ਨੇ ਜੁਗੋ ਸੋਚ ਕੇ ਕਰਨੀ ਸੀ ਲੇਕਿਨ ਉਹਨੇ ਸੋਚੀ ਆ ਮੈਂ ਪਹਿਲੇ ਕਿਉਂਕਿ ਬੀਬੀਆਂ ਰਾਣਿਆਂ ਦੀ ਧੀ ਏ ਤੇ ਜੁਗਤ ਲਾਜ਼ਮੀ ਕਰੇਗੀ ਹੋਰ ਮਿਸ ਬਾ ਜੀ ਹਾਂ ਜੀ ਸ਼ੁਕਰ ਅਲhamdulillah ਮਿਸ ਬਾ ਜੀ ਤੁਸੀਂ ਖਾਣ ਪੀਣ ਚ ਸਬਜ਼ੀਆਂ ਚ ਕੀ ਕੀ ਪਸੰਦ ਕਰਦੇ ਹੋ ਆਲੂ ਪਿੰਡੀ ਗੋਭੀ ਜਾਂ ਕਰੇਲੇ ਮੈਂ ਨੂੰ ਕਾਨੇ ਚ ਪਸੰਦਾ ਸਬਜ਼ੀਆਂ ਚ ਤੁਹਾਡੇ ਸਾਈਜ਼ ਦਾ ਮਿਨੀ ਸਾਈਜ਼ ਦਾ ਸ਼ਲਜਮ ਇਹ ਮਿਨੀ ਸਾਈਜ਼ ਦਾ ਸ਼ਲਜਮ ਤੁਹਾਨੂੰ ਪਤਾ ਗੋਲ ਹੁੰਦਾ ਹਾਂਜੀ ਗੋਲ ਹੁੰਦਾ ਮੇਰੇ ਖਿਆਲ ਚ ਤਕਰੀਬਨ ਤੁਸੀਂ ਤੇ ਨਹੀਂ ਹੈ ਇਸੇ ਲਈ ਤਾਂ ਮੈਂ ਤੁਹਾਨੂੰ ਪੁੱਛਿਆ ਉਹਨੂੰ ਬੜੀਆਂ ਤੁਸੀਂ ਗੱਲਾਂ ਪੁੱਛ ਰਹੇ ਸੀ ਜਰਾ ਕਰ ਰਹੇ ਸੀ ਤੇ ਜਰਾ ਮੈਨੂੰ ਪੁੱਛੋ ਹਵਲ ਕੀ ਕਹਿ ਰਹੇ ਸੋ ਮੈਂ ਕਹਿ ਰਹੀ ਸੀ ਤੁਸੀਂ ਤਾਂ ਜੁਗਤਾਂ ਕਰ ਕਰਕੇ ਬੱਚੀ ਸਹਿਮ ਗਈ ਵਿਚਾਰੀ ਤੁਹਾਡੀਆਂ ਗੱਲਾਂ ਤੋਂ જરા ਮੈਨਣਾ ਕਰੋ ਤੁਹਾਨੂੰ ਦੱਸਾਂ ਮੈਂ ਤੁਹਾਡੇ ਨਾਲ ਵੀ ਗੱਲ ਕਰਨ ਲਈ ਬੈਠਾ ਹਾਂ ਅਗਰ ਤੁਹਾਨੂੰ ਕੋਈ ਜੁਗਤਾ ਯਾਦ ਆ ਤਾਂ ਤੁਸੀਂ ਮੈਨੂੰ ਕਰ ਸਕਦੇ ਹੋ ਹਾਂ ਮੈਂ ਕਰ ਸਕਦੀ ਹਾਂ ਕਰੋ ਹਾਂ ਭਲਾ ਤੁਹਾਡਾ ਮੂੰਹ ਦੇਖਿਆ ਵਾ ਫਰਾਈ ਪਾਨ ਦੀ ਮੋਠ ਹਾਂ ਲਓ ਮੈਨੂੰ ਨਹੀਂ ਯਾਦ ਆਈ আচ্ছা ਉਹ ਤੁਸੀਂ ਤੜਕੇ ਵਾਲੀ ਕੋਲੀ ਦੇਖੀ ਹਾਂਜੀ ਉਹਦੇ ਵਰਗਾ ਮੂੰਹ ਤੁਹਾਡਾ ਹਾਂ ਸੱਚੀ ਦੋ ਹੱਥ ਜੋੜ ਕੇ ਚਪੇੜ ਵਰਗਾ ਮੂੰਹ ਤੁਹਾਡਾ ਅੱਗੇ ਆਓ ਤੇ ਤੁਸੀਂ ਰਹਿ ਨਹੀਂ ਦਓ ਐਡਾ ਤਰਲੇ ਵਰਗਾ ਮੂੰਹ ਕਰਨਾ ਇਹ ਵੀ ਗੱਲ ਠੀਕ ਆ ਅਗਰ ਤੁਹਾਡਾ ਤਰਲਾ ਕੀਤਾ ਜਾਏ ਤੇ ਕਿੱਡਾ ਅੱਛਾ ਲੱਗੇ ਤਸੀਂ ਤਰਲਾ ਕਰੋਗੇ ਮੇਰਾ ਕੋਸ਼ਿਸ਼ ਹੀ ਹੈ ਸਾਡੀ ਕਿ ਤੁਸੀਂ ਸਾਨੂੰ ਹੋਰ ਤਰਲੇ ਨਾ ਦੋ ਤਿੰਨ ਜੁਕਤਾਂ ਕਰੋ ਹੋਰ ਦੋ ਤਿੰਨ ਤਨ ਕਰੋ ਆ ਟਾਈ ਪਾਈ ਕੀ ਗੱਲ ਖੈਰਾ ਬੰਦੇ ਨਵਾ ਕੇ ਬਾਹਰ ਕੱਢਣ ਲੱਗੇ ਤੁਸੀਂ ਇਹ ਹੈ ਕਿ ਇਹ ਟਾਈ ਨਹੀਂ ਹਾਂਜੀ ਇਹ ਮਫਰਲ ਹੈ ਜੀ ਸਕਾਫ ਵੀ ਕਹਿੰਦੇ ਆ ਠੀਕ ਹੈ ਕਿ ਨਹੀਂ ਤੁਸੀਂ ਲੈ ਮਫਰਲ ਗਾਲ ਤੇ ਪਾਇਆ ਜਾਲੀ ਜਿਹਾ ਵਕੀਲ ਬਣਿਆ ਹਾਂ ਹਾਂ ਲਓ ਐ ਤੁਹਾਡੀ ਗੱਲ ਸਮਝ ਆਂਦੀ ਹੈ ਮੇਰੀ ਅੱਛਾ ਤੁਹਾਨੂੰ ਕੱਪੜਿਆਂ 'ਚ ਕੀ ਪਸੰਦ ਆ ਮੈਨੂੰ ਕੱਪੜਿਆਂ 'ਚ ਸਾਦਾ ਸ਼ਲਵਾਰ ਕਮੀਜ਼ ਕਰਚ ਵੀ ਪਾਉਂਦੇ ਹੋ ਹਾਂਜੀ ਬਿਲਕੁਲ ਅਕਸਰ ਆਰਟਿਸਟਾਂ ਟਰੌਜ਼ਰ ਪਾ ਕੇ ਫਿਰਦੇ ਹਾਂ ਹਾਂ ਟਰੌਜ਼ਰ ਵੀ ਚੂਜ਼ ਕਰ ਲੈਂਦੀ ਆ ਅੱਛਾ ਤੇ ਜਦੋਂ ਕਿਤੇ ਅੱਛਾ ਸ਼ਾਦੀ ਵਿਆਹ ਤੇ ਤੁਸੀਂ ਫੰਕਸ਼ਨ ਫੰਕਸ਼ਨ ਵੀ ਕਰਦੇ ਹੋ ਹਾਂ ਜ਼ਾਹਰੀ ਗੱਲਾਂ ਕਰਦੀ ਆ ਉੱਥੇ ਸ਼ਲਵਾਰ ਕਮੀਜ਼ ਪਾ ਕੇ ਜਾਂਦੇ ਹੋ ਨਹੀਂ ਆਮੋਮਨ ਸ਼ਲਵਾਰ ਕਮੀਜ਼ ਵੀ ਹੁੰਦੀ ਆ ਟਾਈਸ ਪਜਾਮਾ ਵੀ ਹੁੰਦਾ ਵਾ ਪੈਂਟ ਵੀ ਹੁੰਦੀ ਆ ਸ਼ਰਟ ਵੀ ਹੁੰਦੀ ਆ ਸੋਨੀਆ ਜੀ ਗੈਰੇ ਮੈਨੂੰ ਸਾੜੀ ਪਸੰਦ ਆ ਤੁਹਾਨੂੰ ਸਾੜੀ ਪਸੰਦ ਆ ਲੈ ਪਾਣੀ ਕਿੱਥੇ ਵਿਚਾਰਾ ਕਲਮਰਗੀ ਤੇ ਉਹ ਆਪ ਆ ਸਾੜੀ ਤਾਂ ਡੇਢ ਡੇਢ ਬਹੁਤ ਅੱਛੀ ਲੜਕੀ ਆ ਸੋਨੀਆ ਅੱਛੀ ਆਰਟਿਸਟ ਵੀ ਆ ਮਾਸ਼ਾਅੱਲਾ ਫੰਕਸ਼ਨ ਵੀ ਕਰਦੇ ਹੋ ਹਾਂਜੀ ਠੀਕ ਐ ਤੇ ਉਹ ਫੰਕਸ਼ਨਾਂ ਦੀ ਤੁਸੀਂ ਦੱਸੋਗੇ ਕਿ ਉਹ ਜਿਹੜੇ ਤੁਹਾਨੂੰ ਬੇਲਾ ਛੇਲਾ ਫੜਾਉਂਦੇ ਹੋ ਹਾਂਜੀ ਉਹ ਕਿਸ ਤਰ੍ਹਾਂ ਫੜਾਉਂਦੇ ਆ ਕਿਸ ਤਰ੍ਹਾਂ ਫੜਾਉਂਦੇ ਮੇਰਾ ਮਤਲਬ ਆ ਕਿ 100 ਤਰੀਕੇ ਘਾਰ ਹਨ ਕੁਝ ਲੋਕ ਦੰਦਾ ਚ ਰੱਖ ਲੈਂਦੇ ਆ ਐਸਾ ਕਦੀ ਹੋਇਆ ਹੋਵੇ ਹਾਂ ਹੁੰਦਾ ਵਾ ਤੇ ਤੁਸੀਂ ਵੀ ਉਸ ਤਰੇ ਫੜਦੇ ਹੋ ਪੈਸੇ ਨਹੀਂ ਐਸ ਤਰ੍ਹਾਂ ਕਿਉਂ ਫੜਦੇ ਆ ਉਹ ਕਰੀ ਜਾਂਦੇ ਦੂਸਰਾ ਮਰਜ਼ੀ ਮੂੰਹ ਨਾ ਫੜਾਉਣ ਜਿਸ ਤਰ੍ਹਾਂ ਮਰਜ਼ੀ ਫੜਾਉਣ ਜਿਹੜੇ ਉਹਨਾਂ ਨੇ ਇੰਜ ਕਰਕੇ ਅੱਛੇ ਫੜਾਣੇ ਅਸੀਂ ਉਹੀ ਫੜਨੇ ਅੱਛਾ ਮੂੰਹ ਵਾਲੇ ਪੈਸੇ ਕਿ ਫੜਦੇ ਤੂੰ ਮੂੰਹ ਵਾਲੇ ਨਹੀਂ ਫੜੀਦੇ ਐਵੇਂ ਸੇ ਮੂੰਹ ਵਾਲਾ ਕੰਮ ਗੰਦਾ ਨਹੀਂ ਹੈ ਤਾਂ ਵੈਸੇ ਗੰਦਾ ਹੀ ਹੈ ਲੇਕਿਨ ਜੇ ਕੋਈ ਬੰਦਾ ਡਾਂਸ ਕਰਨ ਜਾਂਦਾ ਫਿਰ ਉਹਨੂੰ ਗੰਦਾ ਚੰਗਾ ਨਹੀਂ ਲੱਗਦਾ ਜਾਂਦਾ ਤਾਂ ਪੈਸਿਆਂ ਵਾਸਤੇ ਹੀ ਹੈ ਨਾ ਹਾਂ ਪੈਸਿਆਂ ਲਈ ਜਾਂਦਾ ਤੇ ਹੈ ਲੇਕਿਨ ਇਦਾਂ ਥੋੜੀ ਹੁੰਦਾ ਵਾ ਫਿਰ ਵੀ ਕਲਾ ਮੂੰਹ ਨਾ ਪੈਸੇ ਫੜੋ ਮੂੰਹ ਪਾਵੇਂ ਉਹਦਾ ਚੰਡਾ ਖਾਣ ਵਾਲਾ ਹੋਵੇ ਤੇ ਪੈਸੇ ਮੂੰਹ ਨਾ ਫੜੋ ਇਹ ਵੀ ਤੁਹਾਡੀ ਗੱਲ ਠੀਕ ਹੈ ਆਪਣਾ ਮਿਸ ਬਾਜੀ ਔਨ ਦਾ ਸੈਟ ਡਰਾਮਾ ਕਰਦੇ ਹਾਂ ਹਾਂਜੀ ਡਰਾਮਾ ਕਰਦੇ ਹੋਏ ਕਦੀ ਪਬਲਿਕ ਨੇ ਢਾਇਆ ਹੋਵੇ ਤੁਸੀਂ ਡਰ ਗਏ ਹੋ ਨਰਵਸ ਹੋ ਜਾਂਦੇ ਹੋ ਹਾਂ ਬਿਲਕੁਲ ਇਸ ਤਰ੍ਹਾਂ ਹੋਇਆ ਕੋਈ ਐਸਾ ਵਾਕਿਆ ਵਾਕਿਆ ਇਸ ਤਰ੍ਹਾਂ ਹੋਇਆ ਇੱਕ ਦਫਾ ਮੈਂ ਸੈੱਟ ਤੇ ਪਰਫਾਰਮ ਕਰ ਰਹੀ ਸੀ ਸਾਊਂਡ ਬੰਦ ਹੋ ਗਿਆ ਪਬਲਿਕ ਨੇ ਹੂਟ ਕਰਤਾ ਫਿਰ ਇੱਕ ਦਫਾ ਮੈਂ ਗਾਣਾ ਕਰ ਰਹੀ ਸੀਗੀ ਸੈੱਟ ਤੇ ਤੇ ਲਾਈਟ ਬੰਦ ਹੋ ਗਈ ਪਬਲਿਕ ਨੇ ਹੂਟ ਕਰਤਾ ਇੱਕ ਹੋਰ ਮਜ਼ੇਦਾਰ ਦੀ ਗੱਲ ਮੈਂ ਸੈੱਟ ਤੇ ਕੰਮ ਕਰ ਰਹੀ ਸੀ ਹੀਲ ਵਾਲੀ ਜੁੱਤੀ ਪਈ ਹੀਲ ਦੀ ਅੱਡੀ ਟੁੱਟ ਗਈ ਮੈਂ ਗਿਰ ਗਈ ਡਰ ਗਈ ਪਬਲਿਕ ਨੇ ਹੂਟ ਕਰਤਾ ਦੌੜ ਗਈ ਬਾਹਰ ਗਾਣੇ ਨਹੀਂ ਕੀਤਾ ਮੈਂ ਸਵਾਲ ਇਹ ਕੀਤਾ ਸੀ ਕਿ ਤੁਸੀਂ ਔਨ ਦਾ ਸੈੱਟ ਗਾਣਾ ਕਰਦੇ ਹੋ ਉਹ ਤੋਂ ਪਬਲਿਕ ਚੋਂ ਕਦੀ ਕਿਸੇ ਨੇ ਕੋਈ ਡਰਾਇਆ ਹੋਵੇ ਤੁਸੀਂ ਡਰ ਗਏ ਹੋ ਬਹੁਤ ਜ਼ਿਆਦਾ ਡਰ ਜਾਂਦੇ ਹੋ ਤੁਸੀਂ ਹਾਂਜੀ ਤੁਹਾਡੇ ਕੋ ਨਹੀਂ ਡਰਦੇ ਨਹੀਂ ਮੇਰੇ ਕੋ ਮਤਲਬ ਇਹ ਕਿ ਤੁਸੀਂ ਕਿਸ ਤਰ੍ਹਾਂ ਡਰੇ ਕੀ ਕਿ ਆ ਪਬਲਿਕ ਨੇ ਦਸਨਾ ਪਸੰਦ ਕਰੋਗੇ ਜੀ ਨਹੀਂ ਕਿਉਂ ਉਹਨਾਂ ਨੇ ਕੋਈ ਐਸੀ ਗੱਲ ਹਾਂਜੀ ਜਿਹੜੀ ਔਨਲਾਈਨ ਨਹੀਂ ਕੀਤੀ ਜਾ ਸਕਦੀ ਅੱਛਾ ਔਨਲਾਈਨ ਨਹੀਂ ਕਰਦੇ ਤੁਸੀਂ ਚਲੋ ਮੈਸੇਜ ਕਰਦੇ ਹੋਗੇ ਹਾਂਜੀ ਚਲੋ ਠੀਕ ਹੋ अच्छा बहुत-बहुत शुक्रिया ਤੁਹਾਡੇ ਦੋਨਾਂ ਆਰਟਿਸਟਾਂ ਦਾ ਕਿ ਤੁਸੀਂ ਸੰਥੋੜਾ ਟਾਈਮ ਦਿੱਤਾ